ਸਤਿ ਸ਼੍ਰੀ ਅਕਾਲ ਜੀ ਟੋਕਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਕਰਦੇ ਹਾਂ ਸਵਾਗਤ ਹਰ ਪ੍ਰੋਗਰਾਮ ਦੇ ਵਿੱਚ ਨਵੀਂ ਨਵੀਂ ਸ਼ਕਸ਼ੀਤ ਲੈ ਕੇ ਹਾਜ਼ਰ ਹੁੰਨਾ ਮੈਂ ਮੈਂ ਜਾਨੀ ਕਿ ਹਰਜੀਤ ਆਪਜੀਤ ਹੋਸਟ ਟੋਕਰਾ ਟੀਵੀ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਸਬਸਕ੍ਰਾਈਬ ਪਹਿਲਾਂ ਕਰੋ ਵੀਡੀਓ ਬਾਅਦ ਚ ਦੇਖੋ ਕਹਿੰਦੇ ਘਰ ਦੀ ਨੀਂਹ ਮਜ਼ਬੂਤ ਹੋਏਗੀ ਤੇ ਘਰ ਨੂੰ ਜਿੰਨਾ ਮਰਜ਼ੀ ਉੱਚਾ ਬਣਾ ਲਓ ਅੱਜ ਸਾਡੇ ਪ੍ਰੋਗਰਾਮ ਵਿੱਚ ਉਹ ਸ਼ਕਸ਼ੀਤ ਉਹ ਨੌਜਵਾਨ ਉਹ ਚੋਬਰ ਉਹ ਖਾਨਦਾਨੀ ਮਿਸਤਰੀ ਜਿਨ੍ਹਾਂ ਨੇ ਤਾਜਮਹਿਲ ਬਣਾਇਆ ਸੀ ਤੇ ਚਾਹੇ ਹੱਥ ਵੱਡੇਗੇ ਪਰ ਆਪਣਾ ਕਿੱਤਾ ਨਹੀਂ ਛੱਡਿਆ ਉਹਨਾਂ ਦੀ ਖਾਨਦਾਨੀ ਪੀੜ੍ਹੀ ਚੱਲਦਾ ਹੋਇਆ ਮਿਸਤਰੀ ਤੁਹਾਡਾ ਸਵਾਗਤ ਹੈ ਜੀ ਬੜਾ ਫੜਾ ਧੰਨਵਾਦ ਭਾਜੀ ਤੁਹਾਡਾ ਹਾਂ ਤੇ ਸ਼ੁਰੂਆਤ ਕਰਦੀ ਆਂ ਆਪਾਂ ਵੀ ਜੀ ਕਹਿੰਦੇ ਇੱਕ ਤਗਾਰੀ ਸੀਮੈਂਟ ਦੇ ਵਿੱਚ ਚਾਰ ਤਗਾਰੀ ਰੇਤੇ ਦੇ ਪੈਂਦੇ ਕੀ ਬਾਤ ਐਵੇਂ ਨਹੀਂ ਸਾਨੂੰ ਪਿੰਦਾ ਮਿਸਤਰੀ ਪਿੰਦਾ ਮਿਸਤਰੀ ਕਹਿੰਦੇ ਕੀ ਬਾਤ ਆ ਕੀ ਬਾਤ ਆ ਬਹੁਤ ਵਧੀਆ ਕੀ ਬਾਤ ਆ ਕੀ ਬਾਤ ਆ ਸਲਾਮ ਆਈ ਤੁਹਾਡੀ ਜੀ ਖਰ ਲੈਣੇ ਆ ਜੀ ਥੋੜਾ ਥੋੜਾ ਤੁਹਾਡੀ ਕਵਿਤਾ ਨੂੰ ਸਲਾਮ ਹੈ ਜੀ ਬਹੁਤ ਬਹੁਤ ਲੱਗਦਾ ਤੁਹਾਨੂੰ ਗਾਣ ਦਾ ਤੇ ਲਿਖਣ ਦਾ ਸ਼ੌਕ ਹੈ ਚਾਹ ਹਾਂ ਜੀ ਹੈਗਾ ਇੱਕ ਹੋਰ ਹੋ ਜਾ ਕੁਛ ਨਾ ਕੁਛ ਇੱਕ ਦਗਾਰੀ ਨਹੀਂ ਨਹੀਂ ਦਵਾਰੇ ਕੁਝ ਹੋਰ ਹੋਰ ਕੁਝ ਇਹ ਤਾਂ ਸੁਣ ਲਿਆ ਨਾ ਦਰਸ਼ਕ ਇੱਕ ਹੀ ਆਉਂਦਾ ਨਹੀਂ ਨਹੀਂ ਕੁਝ ਮੌਕੇ ਤੇ ਆਮਦ ਮੌਕੇ ਤੇ ਆਮਦ ਚਲੋ ਆਪਾਂ ਇਦਾਂ ਕਰਦੇ ਆ ਸਾਡੇ ਗਰਮਾਲੇ ਦੇ ਵਿੱਚ ਸੋਹਣੀਏ ਆ ਗਰਮਾਲੇ ਦੇ ਵਿੱਚ ਸੋਹਣੀਏ ਸਾਡੇ ਗਰਮਾਲੇ ਦੇ ਵਿੱਚ ਸੋਹਣੀਏ ਚਾਰ ਮੋਰੀਆਂ ਨੇ ਆਏ ਹਾਏ 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 ਕਿੰਨੀ ਮਜਬੂਰੀ ਏ ਸਾਡੇ ਪਿੰਡ ਦੀਆਂ ਕੁੜੀਆਂ ਕਾਲੀਆਂ ਬਾਹਰਲੇ ਮੁਲਕ ਗੋਰੀਆਂ ਨੇ ਓ ਹਾਏ ਹਾਏ ਕੀ ਬਾਤ ਆ ਯਾਰ ਕਮਾਲ 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 ਤੁਸੀਂ ਕਿਉਂ ਨਹੀਂ ਤੁਸੀਂ ਲਿਖਦੇ ਯਾਰ ਮੈਂ ਮੈਂ ਕੀ ਕਰਾਂ ਜੀ ਮੈਂ ਤਾਂ ਪਹਿਲਾਂ ਤਾਂ ਕੰਮ ਹੋਰ ਸੀ ਸਾਡਾ ਹਾਂ ਤੋ ਬਸ ਪਤਾ ਹੀ ਨਹੀਂ ਲੱਗਿਆ ਜੀ ਕਿਹੜੇ ਟਾਈਮ ਹੱਥ ਚ ਕਾਂਡੀ ਆ ਗਈ। ਹਾਂ। ਬਸ ਹੁਣ ਤਾਂ ਰਦੀਪ ਰੀਦੇ ਆ ਬਸ ਸੀਮੈਂਟ। ਤੁਸੀਂ ਕਰਾਉਣਾ ਕਰਾ ਲਿਓ ਕੋਈ ਚੱਕਰ ਨਹੀਂ ਗਾ ਇਹ ਘਰ ਦੀ ਗੱਲ। ਕੀ ਗੱਲ? ਚਲੋ ਆਪਾਂ ਤੁਹਾਡੀ ਇੰਟਰਵਿਊ ਕਰਦੇ ਹਾਂ ਸ਼ੁਰੂ। ਤੁਹਾਨੂੰ ਪਤਾ ਮੈਂ ਤੁਹਾਡੀ ਇੰਟਰੋਡਕਸ਼ਨ ਕਮਾਲ ਦੀ ਦਿੱਤੀ ਆ। ਬਹੁਤ 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 ਧੰਨਵਾਦ ਤੁਹਾਡੇ। ਹਾਂਜੀ। ਕੋਟੀ ਕੋਟੀ ਪਟਨਾਵਾ ਤੁਹਾਨੂੰ। ਮੈਂ ਕਹਿੰਨਾ ਤੁਸੀਂ ਅਸੀਂ ਰਹਿਣੀ ਆ ਤੁਹਾਡੀ। ਨਹੀਂ ਰਹਿਣੀ ਤਾਂ ਨਹੀਂ ਰਹਿਣੀ ਤਾਂ ਸਾਡਾ ਚੈਨਲ ਆ ਤੁਹਾਡਾ ਕਿ ਤੁਸੀਂ ਆਪਣਾ ਇੱਕ ਸ਼ਹਿਰ ਦਿਹਾੜੀ ਆ। ਅੱਛਾ ਪਹਿਲਾ ਸਵਾਲ ਇਹ ਦਿਹਾੜੀ ਹੈ ਕਿ ਨਹੀਂ ਹੈ ਤੁਹਾਡੀ? ਦੇੜੀ 800 ਰੁਪਿਆ ਜੀ 700 ਰੁਪਿਆ ਲੇਬਰ ਦਾ ਕੀ ਬਾੜਦਾ ਨਹੀਂ ਕੁਝ ਇਹਨਾਂ ਲੇਬਰ ਦਾ 600 600 ਹਮਮ OK OK 700 ਰੁਪਿਆ ਅੱਜ ਕੱਲ੍ਹ ਭਈਏ ਫੜੀ ਜਾਂਦੇ ਨੇ ਨਮਿਸਤਰੀ ਦਾ ਕੰਮ ਭਈਏ ਫੜੀ ਜਾਂਦੇ ਨੇ ਹਮ ਭਈਏ ਮਤਲਬ ਭਈਆ ਮੈਂ ਸਮਝ ਨਹੀਂ ਭਈਏ ਸਾਡੇ ਪ੍ਰਵਾਸੀ ਵੀਰ ਪ੍ਰਵਾਸੀ ਵੀਰ ਜੀ ਜੀ ਚਲੋ ਸਵਾਲ ਅਗਲਾ ਸਵਾਲ ਮੇਰਾ ਇਹ ਹੈਗਾ ਕਿ ਤੁਸੀਂ ਜਦੋਂ ਐਦਾਂ ਮਾਰਦੇ ਹੋ ਸੀਮੈਂਟ ਹਾਂ ਜੀ ਐਦਾਂ ਕਰਕੇ ਐ ਨਹੀਂ ਜੀ ਜੋ ਵੀ ਹੈਗਾ ਤੁਸੀਂ ਐਦਾਂ ਮਾਰ ਦਿਓ ਤੇ ਤੁਹਾਨੂੰ ਪਤਾ ਹੁੰਦਾ ਕਿ ਇੰਨੇ ਚਿੰਬੜ ਜਾਣਾ ਕਿੰਨੇ ਚਿੰਬੜਨਾ ਇਹਦਾ ਕੀ ਉਹ ਕੀ ਕਰ ਫਿਰ ਮਿਸਤਰੀ ਕਹਦੇ ਆ ਜੀ ਹਾਂ ਹਮ ਚਮੜਾਉਣ ਵਾਸਤੇ 700 ਰੁਪਏ ਦਿੰਦੇ ਤੁਹਾਨੂੰ ਹਮ ਧੰਨ ਮਿਸਤਰੀ ਕਹਿੰਦੇ ਨਹੀਂ ਤੁਸੀਂ ਸੀਮਿੰਟ ਨੂੰ ਸਮਝਾਇਆ ਹੁੰਦਾ ਕਿ ਕੋਈ ਨਹੀਂ ਗੱਲ ਹੋਰ ਨਹੀਂ ਪਤਾ ਲੱਗ ਜਾਂਦਾ ਜੀ ਸਾਨੂੰ ਪਤਾ ਲੱਗ ਜਾਂਦਾ ਹਮ ਜੇ ਤਾਂ ਤੁਸੀਂ ਸ਼ਾਇਰੀ 'ਚ ਤੁਸੀਂ ਗੱਲ ਕਰਤਾ ਕਿ ਸੀਮਿੰਟ ਦੇ ਵਿੱਚ ਹਨਾ ਚਾਰ ਸੀਮਿੰਟ ਦੇ ਵਿੱਚ ਇੱਕ ਸੀਮਿੰਟ ਦੇ ਕਤਾਰੀ ਵਿੱਚ ਚਾਰ ਕਤਾਰੀ ਤਕਾਰੀ ਤਕਾਰੀਓ ਕਿਹਾ ਮੈਂ ਤੁਸੀਂ ਗਲਤ ਕਹਿਤਾ ਤੁਸੀਂ ਥੱਥੇ ਹੋ ਗਏ ਥੋੜਾ ਜਿਹਾ ਇੱਕ ਸੀਮੈਂਟ ਦੀ ਕਤਾਰੀ ਵਿੱਚ ਤਕਾਰੀ ਉਹ ਸੌਰੀ ਦੱਸੋ ਹਾਂ ਇੱਕ ਸੀਮੈਂਟ ਦੀ ਕਤਾਰੀ ਵਿੱਚ ਚਲੋ ਮੈਂ ਸਮਝ ਗਿਆ ਤੁਹਾਡੀ ਗੱਲ ਚਲੀ ਆਪਾਂ ਅਗਲਾ ਸਵਾਲ ਕਰੀਏ ਜੀ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੇ ਹੁਣ ਤੱਕ ਕੰਮ ਕਰ ਚੁੱਕੇ ਹੋ ਬੜੀ ਜਗ੍ਹਾ ਤੇ ਕੰਮ ਕੀਤਾ ਜੀ ਆਪਾਂ ਮੈਂ ਪਿੰਡ ਤੋਂ ਸ਼ੁਰੂ ਹੋਇਆ ਸੀਗਾ ਹੂੰ ਸੋ ਪਿੰਡ ਦੇ ਵਿੱਚ ਪੰਜਵੀਂ ਤੱਕ ਪੜਿਆ ਜੀ ਮੈਂ ਪੰਜਵੀਂ ਤੱਕ ਪੜਿਆ ਪਾਸ ਸੀ ਕਿ ਫੇਲ ਸੀ ਨਹੀਂ ਫੇਲ ਵਗੈ ਫੇਲ ਹੋ ਗਿਆ ਉਹ ਉਹਦਾ ਕਾਰਨ ਇਹ ਸੀਗਾ ਵੀ ਮੈਂ ਮੇਰਾ ਧਿਆਨ ਸੀ ਜੀ ਦੇਖੋ ਸ਼ੁਰੂ ਤੋਂ ਹੀ ਮੈਂ ਬੜਾ ਨਾ ਮੈਂ ਵਿਗਿਆਨੀ ਸੋਚਦਾ ਰਿਹਾ ਜੀ ਵਿਗਿਆਨੀ ਵਿਗਿਆਨੀ ਸੋਚਦਾ ਮਾਲਕ ਆ ਮੈਂ ਸਾਇੰਟਿਸਟ ਰਹੇ ਹਾਂ ਕੋਈ ਇਹ ਲਾ ਲਓ ਹੂੰ ਮੈਂ ਵੇਖਿਆ ਵੀ ਬੰਦਾ ਬਾਹਰ ਇੱਟਾਂ ਜੜੀਆਂ ਦਾ ਤਾਂ ਚੜ ਨਹੀਂ ਜਾਦਾ ਮੈਂ ਕਹਾਂ ਜੇ ਕਰ ਸਕਦਾ ਫਿਰ ਅਸੀਂ ਵੀ ਕਰ ਸਕਦੇ ਹਾਂ ਅਸੀਂ ਅਸੀਂ ਕਾਟਣਾ ਦੱਸੋ ਇਹਨੂੰ ਪਹਿਲਾਂ ਅਸੀਂ ਕਾਟਣਾ ਕਿਵੇਂ ਹੂੰ ਕਿਆ ਬਾਤ ਕੋਠੀ ਦਾ ਕੋਠੀ ਦਾ ਸੀ ਨਸ਼ਕਾ ਨਸ਼ਕਾ ਦੇਣਾ ਮੈਨੂੰ ਨਸ਼ਕਾ ਨਸ਼ਕਾ ਦੇ ਦੇਣਾ ਆ ਜੇ ਨਕਸ਼ਾ ਸੋਰੀ ਠੀਕ ਹੈ ਆਹੀ ਕੁਛ ਜਿਹੜੇ ਆਰਕਟੈਕਟ ਜਿਹੜੇ ਹੁੰਦੇ ਨੇ ਜਿਹਨੂੰ ਅਸੀਂ ਕਹਿੰਦੇ ਨਕਸ਼ਾ ਬਣਾਉਣ ਵਾਲੇ ਆ ਉਹ ਤਾਂ ਅੱਜ ਕੱਲ੍ਹ ਜਵਾਕ ਨੇ ਜੀ ਹੂੰ ਬਣਾਉਣਾ ਕਿਹਨੇ ਆ ਅਗਲਾ ਤਾਂ ਕਹਿ ਕੇ ਚਲੇ ਜਾਂਦਾ ਵੀ ਭਾਈ ਸ਼ਾਮ ਦਾ ਕਰ ਦੇ ਹੂੰ ਤੁਸੀਂ ਕਰ ਭਈਏ ਤਾਂ ਕੰਮ ਕਿਹਨੇ ਕਰਾਉਣਾ ਹੂੰ ਗਾਣਾ ਕੜ ਕੜ ਕੰਮ ਕਰਾਉਣਾ ਪੈਂਦਾ ਜਾ ਕੇ ਸਾਰੇ ਲਾ ਲੈਂਦੇ ਨੇ ਬੀੜੀ ਨਾਲ ਆ ਬੈਠੇ ਨੇ ਹੂੰ ਕਈ ਵਾਰਦਾ ਜੀ ਮੈਂ ਆ ਵੀ ਆਪੇ ਡਟ ਚੱਕ ਕੇ ਮਰਦੇ ਲਾਉਂਦਾ ਰਹੇ ਹੂੰ ਇੰਨੀ ਤੁਹਾਡੀ ਤਿਆਰੀ ਮੇਰੀ ਤਿਆਰੀ ਹੈ ਅਸੀਂ ਗੱਲ ਨਹੀਂ ਸੁਣਦੇ ਤਾਂ ਗੱਲ ਨਹੀਂ ਸੋਚ ਸਕਦੇ ਭਾਜੀ ਚਲੋ ਤੁਸੀਂ ਦੱਸਿਆ ਕਿ ਮੈਂ ਕਰਕੇ ਸਕੂਲ ਤੋਂ ਵਿੱਚ ਸਿੱਖਿਆ ਸੀਗਾ ਕਿ ਮੈਂ ਉੱਥੇ ਲੈਂਦੇ ਲੈਂਦੇ ਐਜੂਕੇਸ਼ਨ ਲੈਂਦੇ ਲੈਂਦੇ ਨਾਲ ਮੈਂ ਕੰਮ ਵੀ ਸਿੱਖ ਰਿਹਾ ਤੇ ਪਰ ਹੁਣ ਤੱਕ ਕੰਮ ਕੀਤਾ ਕਿੱਥੇ ਕਿੱਥੇ ਕੀਤਾ ਮੈਂ ਆ ਤੁਹਾਨੂੰ ਸਵਾਲ ਸੀ ਮੇਰਾ ਮੈਂ ਜੀ ਕੋਠੀਆਂ ਦਾ ਕੰਮ ਕੀਤਾ ਹੂੰ ਸਭ ਤੋਂ ਪਹਿਲਾਂ ਆਪਣੇ ਮਕਾਨ ਚ ਕੰਮ ਕੀਤਾ ਆਪਾਂ ਮਕਾਨ ਚ ਬਿਲਕੁਲ ਤੇ ਮਕਾਨ ਥੋੜਾ ਜਿਹਾ ਡੇਟਾ ਮੇਡਾ ਹੋ ਗਿਆ ਸੀਗਾ ਅੱਛਾ ਜੀ ਉਹ ਸਾਹਮਣੀ ਰਸੋਈ ਦੇ ਸਾਹਮਣੀ ਗੁਲਸਖਾਣਾ ਬਣ ਗਿਆ ਮੇਰੇ ਤੋਂ ਅੱਛਾ ਜੀ ਹਾਂ ਉਹ ਭਰਾ ਮੇਰਾ ਕਹਿੰਦਾ ਇਹ ਨਕਸ਼ੇ ਦੇ ਅਕਾਰਡਿੰਗ ਬਣਾ ਅੱਛਾ ਬ੍ਰਦਰ ਕੀ ਕਹਤਾ ਸੀ ਬ੍ਰਦਰ ਮੇਰਾ ਆਰਕਟੈਕਟਾ ਜੀ ਅੱਛਾ ਅੱਛਾ ਉਹਦਾ ਨਕਸ਼ਾ ਤੁਸੀਂ ਬਣਾਣਾ ਪਿਆ ਤੁਹਾਨੂੰ ਬਣਾਣਾ ਪਿਆ ਮੈਨੂੰ ਹਮ ਕਰੇ ਕਲੇਸ਼ ਵੀ ਹੋਇਆ ਹਣਾ ਨਹੀਂ ਕਲੇਸ਼ ਮੈਂ ਹੁਣ ਬਾਹਰ ਐਨਾ ਜੀ ਘਰੋਂ ਬਾਹਰ ਐਨਾ ਮੈਂ ਕਲੇਸ਼ ਨਹੀਂ ਕੀਤਾ ਬ੍ਰਦਰ ਜੀ ਹਾਂ ਨਹੀਂ ਆਪਾਂ ਕਲੇਸ਼ ਨਹੀਂ ਕੀਤਾ ਜੀ ਹਮ ਆਪਾਂ ਉਹ ਤਾਂ ਦੋ ਤਿੰਨ ਚਪੇਟਾਂ ਪਈਆਂ ਨੇ ਬਾ ਪੁੱਤ ਨਾਲੇ ਭਰਾਵਾਂ ਨੇ ਤਾਂ ਕੇਡੂ ਕੇ ਮਾਰੇ ਆਪਾਂ ਹੁਣ ਬਾਹਰ ਰਹੀਦਾ ਦੇਖੋ ਇੱਜ਼ਤ ਰੋਟੀ ਖਾਣੀ ਹੈ ਜਿੱਦ ਰੋਟੀ ਖਾਣੀ ਮਤਲਬ ਜੇ ਤੁਸੀਂ ਐਡਾ ਟੇਡਾ ਮੇਡਾ ਬਣਾਤਾ ਉਹ ਤਾਂ ਫਿਰ ਪਾਠ ਹੀ ਕਰਦੇ ਹੋਣੇ ਸਾਡਾ ਥੋੜੀ ਮੇਰੀ ਗੱਲ ਸੁਣੋ ਸਾਡਾ ਨਹੀਂ ਪਾਠ ਹੀ ਕਰਦੇ ਹੋਣੇ ਨਾ ਕਿ ਪਾਠ ਹੀ ਕਰਦੇ ਹੋਣੇ ਸਾਨੂੰ ਮੈਨੂੰ ਤਾਂ ਤੁਸੀਂ ਦੇ ਦਿਓ ਮੈਂ ਉਹੇ ਦਾ ਬਣਾ ਦੂੰਗਾ ਦੱਸੋ ਨਹੀਂ ਨਹੀਂ ਤੁਸੀਂ ਤਾਂ ਜੋ ਕਹੇ ਬੜਾ ਟੇਡਾ ਮੇਡਾ ਬਣਾਤਾ ਉਹ ਤਾਂ ਘਰੇ ਪਾਠ ਹੀ ਕਰਦੇ ਨੇ ਹੁਣ ਛੱਤ ਡਿੱਗ ਜੀ ਹੋਣੇ ਛੱਤ ਡਿੱਗੀ ਹੁਣ ਡਿੱਗੀ ਹੈ ਨਾ ਨਿਉ ਟਾਗ ਨਵਾਂ ਬਣਾਇਆ ਉਹਨਾਂ ਨੇ ਨਵਾਂ ਬਣਾ ਲੈ ਆਛਾ अच्छा कोई एदां दी ਘਟਨਾ ਹੋ ਗਈ ਬਾਹਰ ਦੇਤਾ ਦੇਖ ਲੋ ਆਲਟਰ ਹੈ ਠੇਕਾ ਠੇਕਾ ਬਾਹਰ ਦੇਤਾ ਘਰ ਦਾ ਬੰਦਾ ਮਿਸਤਰੀਆ ਕਰਦੇ ਬੰਦੇ ਨੂੰ ਇਹਨਾਂ ਨੇ ਠੇਕਾ ਨਹੀਂ ਦਿੱਤਾ ਹੈਗਾ ਠੇਕਾ ਨਹੀਂ ਦਿੱਤਾ ਆਹ ਭਾਈ ਅੱਜ ਕੱਲ ਕੱਲ ਜਾਊਗਾ ਭਾਈ ਹੋਰ ਕੀ ਕਹਿ ਸਕਦੇ ਆਪਾਂ اچھا ਅਗਲਾ ਸਵਾਲ ਮੇਰਾ ਇਹ ਹੈ ਕਿ ਕੋਈ एदां ਦੀ ਘਟਨਾ ਹੋਈ ਹੋਵੇ ਜਾਂ ਕੋਈ ਵਾਰਦਾਤ ਹੋਈ ਹੋਵੇ ਤੁਹਾਡੇ ਦੇ ਨਾਲ ਕੋਈ ਲੇਟੈਸਟ ਹੋਵੇ ਜਾਂ ਕੋਈ ਪੁਰਾਣੀ ਹੋਵੇ ਆਹੋ ਜੀ ਹੋਇਆ ਪਰਸੋਂ ਹੀ ਹੋਇਆ ਇੱਕ ਅਸੀਂ ਚਲੇ ਗਏ ਸਾਰੇ ਮੈਂ ਭਈ ਇਹ ਲੈ ਗਿਆ ਆਪਣੇ ਹੂੰ ਲੇਬਰ ਲੈ ਗਿਆ ਖਾਲੀ ਲੇਬਰ ਸਾਰੇ ਪ੍ਰਵਾਸੀ ਭਰਾ ਨੇ ਹੂੰ ਤੇ ਮੈਂ ਲੈ ਗਿਆ ਮੈਨੂੰ ਬੀਬੀ ਕਹਿੰਦੀ ਹੈ ਭਾਈ ਕੱਲ ਨੂੰ ਆਇਓ ਅੱਜ ਸੀਮੈਂਟ ਨਹੀਂ ਹੈਗਾ ਅੱਛਾ ਤਿੰਨ ਚਾਰ ਬੰਦੇ ਤੁਸੀਂ ਲੈ ਕੇ ਨਾ 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 ਮੈਂ ਕਿਹਾ ਭਾਈ ਆ ਜਿਹੜੀਆਂ ਆਈਆਂ ਇਹ ਤੇ ਗਾ ਕੇ ਜਾਣਗੀਆਂ ਹੁਣ ਮਤਲਬ ਮਤਲਬ ਹੁਣ ਹੁਣ ਭਾਈ ਸਾਹਿਬ ਮੈਂ ਦੋ ਕਾਰਡ ਲੈ ਕੇ ਆਇਆ ਸੀ ਹੂੰ ਕਾਰਡ ਤੇ ਸਮਝਦੇ ਹੋਵਗੇ ਹੂੰ ਦੋ ਤਿੰਨ ਸੋਦਾ ਮਾਲ ਪੂਰਾ ਤਿਆਰ ਹੋ ਕੇ ਆਇਆ ਮੈਂ ਮਾਲ ਖਾਦਾ ਹਾਂ ਮੈਂ ਪੂਰਾ ਤਿਆਰ ਹੋ ਕੇ ਮੈਂ ਕਿਹਾ ਭਰਾਵਾ ਅੱਜ ਤਾਂ ਮੈਂ 5 ਵਜੇ ਦਾ ਕੰਮ ਥੋੜਾ 3 ਵਜੇ ਮੁਕਾ ਕੇ ਚੱਲ ਜੀ ਕਰਨ ਨੂੰ ਸੀਮਿੰਟ ਨਹੀਂ ਹੈਗਾ ਅਸੀਂ ਕੀ ਕਰੀਏ ਮਗਾਓ ਜਿਹੜੀਆਂ ਆਈਆਂ ਨੇ ਜਿਹੜੀਆਂ ਆਈਆਂ ਉਹ ਤਾਂ ਗਾ ਕੇ ਜਾਣ ਗਿਆ ਫੇਰ ਕੀ ਕਹਿੰਦੀ ਬੀਬੀ ਫੇਰ ਬਗਾਇਆ ਉਹਨਾਂ ਨੇ ਕਿਹੜਾ ਮਤਲਬ ਗਾਣਾ ਤੁਹਾਨੂੰ ਜ਼ਿਆਦਾ ਪਸੰਦ ਆ ਸਾਨੂੰ ਹੈਗਾ ਜੀ ਪਹਿਲਾਂ ਉਹ بڑے ਗਾਣੇ ਆਪਣੇ ਪੁਰਾਣੇ ਜਿਹੜੇ ਪੁਰਾਣੇ ਗਾਣੇ ਸੁਣਦੇ ਆਪਾਂ ਜੀ ਹਮ ਕਲਾਕਾਰ ਦਾ ਨਾਮ ਹੀ ਪਤਾ ਨਹੀਂ ਗੁੱਡੂ ਰੁੰਗੀਲਾ ਸੁਣੀਦਾ ਆਪਾਂ ਉਹ ਤਾਂ ਬੋਜਪੁਰੀ ਉਹ ਫਿਰ ਮੁੰਡੇ ਨਾਲ ਹੁੰਦੇ ਨੇ ਨਾ ਮੁੰਡੇ ਨਾਲ ਪੈਂਦਾ ਮੁੰਡੇ ਮਤਲਬ ਉਹ ਮੁੰਡੇ ਸਾਡੇ ਭਈਏ ਯਾਰ ਨਹੀਂ ਭਈ ਆਪਣੇ ਪ੍ਰੋਗਰਾਮ ਵਿੱਚ ਤੁਸੀਂ ਭਈਏ ਨਹੀਂ ਕਹਿ ਸਕਦੇ ਨੇ ਸਾਡੇ ਵੀਰ ਨੇ ਯਾਰ ਛੋਟੇ ਵੀਰ ਨੇ ਕਹੇ ਪ੍ਰਵਾਸੀ ਵੀਰ ਕੋ ਨਾ ਪ੍ਰਵਾਸੀ ਵੀਰ ਸਾਡੇ ਹਾਂ ਐਦਾਂ ਨਹੀਂ ਤੁਸੀਂ ਠੀਕ ਹੈ ਜੀ ਪਰ ਤੁਸੀਂ ਵੀ ਭਾਈ ਸਾਹਿਬ ਮੈਂ ਕਹਾਂ ਮੇਰੇ ਤੋਂ ਬਾਅਦ ਭਈਆ ਹੀ ਕਹਿੰਦੇ ਮੈਨੂੰ ਪਤਾ ਜਿਹੜੇ ਸਿਆਣੇ ਬਣਦੇ ਨੇ ਨਹੀਂ ਉਹ ਤਾਂ ਮੈਨੂੰ ਪਤਾ ਹੈ ਜੀ ਉਹ ਤਾਂ ਥੱਲੇ ਕਮੈਂਟਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਜਾਣਾ ਕਿ ਕੀ ਕੀ ਕਹਿੰਦੇ ਆ ਠੀਕ ਹੈ ਜੀ ਲੇਕ ਦੋ ਤਿੰਨ ਇਨਾਮ ਪਿੰਡਾਂ ਦੇ ਵਿੱਚ ਹਨਾ ਉਹਨਾਂ ਦਾ ਨਾਮ ਚਾਹੇ ਮਮਰਜੀ ਹੋਵੇ ਬਿਰਜੇਸ਼ ਹੋਵੇ ਉਹਨਾਂ ਦਾ ਰਸ਼ਕੇਸ਼ ਹੋਵੇ ਰਾਹੁਲ ਹੋਵੇ ਮੋਹਿਤ ਹੋਵੇ ਪਰ ਪਿੰਡਾਂ ਦੇ ਵਿੱਚ ਦੋ ਹੀ ਨਾਮ ਰਾਜੂ ਤੇ ਰਾਮ ਇਹੀ ਹੁੰਦਾ ਇਹ ਕਮੈਂਟਾਂ 'ਚ ਜੇ ਗੱਲ ਸੱਚੀ ਆ ਕਮੈਂਟ ਜ਼ਰੂਰ ਹਲੇ ਕਰਨਾ ਇਹ ਗੱਲ ਤੁਹਾਨੂੰ ਜੱਜ ਗੀ ਨਹੀਂ ਨਹੀਂ ਜੀ ਆਪਣੇ ਮੈਂ ਤੁਹਾਨੂੰ ਐਵੇਂ ਕਹਾਂ ਭਰਾਵਾ ਵਾਂਗੂ ਰੱਖੀਦਾ ਆਪਾਂ ਭਰਾਵਾ ਵਾਂਗ ਅੱਜ ਕੱਲ ਤਾਂ ਵਾਕਿਆ ਹੀ ਗੱਲ ਹੈ ਜੀ ਪਿਆਰ ਮੁਹੱਬਤ ਨਾਲ ਹੀ ਕਰ ਮੈਨੂੰ ਇੱਕ ਵਾਰ ਕਿਹਾ ਵੀ ਤੂੰ ਦਿਹਾੜੀ ਜਿਹੜੀ ਐ 600 ਨਹੀਂ ਤੂੰ 500 ਲੈ ਲੈ ਹੂੰ ਮੰਨ ਗਿਆ ਅਗਲਾ ਹੋਰ ਦੱਸੋ ਕੀ ਚਾਹੀਦਾ ਜੀ ਭਰਾਵਾ ਨਾਲ ਵਾਦ ਗਏ ਨੇ ਮੈਨੂੰ ਹੂੰ 800 ਰੁਪਏ ਲੈ ਲਈਦਾ ਆਪਾਂ ਕਿਆ ਬਾਤ 100 ਦਰ ਕਟਾ ਕੇ 100 ਦਰ ਕਿਆ ਬਾਤ ਅੱਛਾ ਆਹ ਕੀ ਚੀਜ਼ ਆ ਜੀ ਆਹ ਚੀਜ਼ ਇਹ ਤਾਂ ਮਨੂੰ ਥੋੜੀ ਤੇਸੀ ਤੇਸੀ ਥੋੜੀ ਜਿਹੀ ਹੈਗੀ ਤੇਸੀ ਕਹਦੇ ਤੇਸੀ 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 ਅੱਛਾ 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 ਰੋੜਾ ਦੋ ਮੈਂ ਤੁਹਾਨੂੰ ਨਹੀਂ 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 ਰਹਿਣ ਦੋ ਜੀ ਨਹੀਂ ਰਹਿਣ ਦੋ ਸਾਰਾ ਸਾਡੇ ਇੱਥੇ ਕੰਮ ਖਰਾਬ ਹੋ ਜਾਂਦਾ ਅੱਛਾ ਅੱਛਾ ਸਾਨੂੰ ਪਤਾ ਆਪਾਂ ਸਰਕਾਰੀ ਜਗ੍ਹਾ ਤੇ ਬੈਠੇ ਹੋਏ ਹਾਂ ਕੋਈ ਚੱਕਰ ਨਹੀਂ ਹਾਂ ਜੀ ਹਾਂ ਕੀ ਬਾਤ ਆਹ ਚੀਜ਼ ਮੈਂ ਨਾ ਇਹ ਫਿਰ ਇੱਕ ਤਾਂ ਕਰਦੀ ਹੋਗੀ ਇੱਟਾ ਉਟਾ ਇੱਟਾ ਸਾਫ਼ ਕਰਨ ਵਾਸਤੇ ਅੱਛਾ ਜਿਵੇਂ ਤੁਸੀਂ ਪੁਰਾਣੀ ਆਂਟਾ ਦੇਖੋ ਕਈ ਵਾਰ ਹੁੰਦਾ ਜੀ ਕਿ ਹਣਾ ਆਪਾਂ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਿਆ ਪੁਰਾਣੀ ਆਂਟਾ ਲੈ ਕੇ ਪਹਿਲਾਂ ਛਾਂਕ ਕੇ ਸਾਫ਼ ਕਰਕੇ ਉਸ ਤੋਂ ਬਾਅਦ ਘਰਾਂ ਇਹਦੇ ਬਿਲਕੁਲ ਹਾਂ ਜ ਦੇਖੋ ਜੀ ਜਿਸ ਮਿਸਤਰੀ ਕੋ ਕਾਂਡਿਨੀਓ ਮਿਸਤਰੀ ਕਾਦਾ ਮਿਸਤਰੀ ਕਾਦਾ ਕੀ ਬਾਤ ਹੈ ਇੱਕ ਫੱਟੀ ਹੁੰਦੀ ਗਰਮਾਲਾ ਹੁੰਦਾ ਬਹੁਤ ਕੁਛ ਹੁੰਦਾ ਹਨਾ ਤੁਹਾਡੇ ਤੇ ਆ ਚੀਜ਼ ਦਾ ਨਹੀਂ ਮੈਨੂੰ ਪਤਾ ਲੱਗ ਇੱਕ ਮਿਸਤਰੀ ਦੇ ਹੱਥ ਕਾਂਡੀ ਨੀਓ ਮਿਸਤਰੀ ਕਾਦਾ ਆਏ ਹਾਏ 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 ਵਾਹ ਸੋਣੀਏ ਤੂੰ ਮੈਨੂੰ ਛੱਡ ਗਈ ਏ ਤੇਰੇ ਨਾਲ ਪਿਆਰ ਸੀ ਜ਼ਿਆਦਾ ਕੀ ਬਾਤ ਹੈ ਕੀ ਬਾਤ ਹੈ ਦਿਲ ਦੇ ਦੁੱਖ ਵੀ ਸੁਣਾ ਰਿਹਾ ਮਿਸਤਰੀ ਕਾਂਡੀ ਦੇ ਵਿੱਚੋਂ ਹੁਣ ਮੈਂ ਮੈਂ ਇੱਕ ਛੋਟੀ ਜਿਹੀ ਹੋਰ ਬੇਨਤੀ ਕਰਨਾ ਆ ਹਾਂ ਜੀ ਆ ਜਿਹੜਾ ਆ ਆ ਕੀ ਕਹਿੰਦੇ ਇਹਨੂੰ ਇਹਨੂੰ ਫੀਤਾ ਕਹਿੰਦੇ ਜੀ ਫੀਤਾ ਆ ਇਹ ਫੀਤੇ ਦੇ ਵੀ ਇੱਕ ਸ਼ਾਇਰੀ ਹੋ ਜੇ ਨਾ ਕਮਾਲ ਹੋ ਜੇ ਫੀਤੇ ਨਾਲ ਤਾਂ ਨਾਪੀ ਦੀ ਜਮੀਨ ਸੋਹਣੀ ਨਹੀਂ ਹਾਂ ਜਿੱਦਣ ਦੀ ਤੂੰ ਛੱਡ ਗਈ ਆਉਂਦੀ ਨਹੀਂ ਸਾਨੂੰ ਨੀਂਦ ਸੋਹਣੀ ਓ ਵਾਹ ਕੀ ਬਾਤ ਹੈ ਕੀ ਬਾਤ ਹੈ ਇੱਕੋ ਪੁਰਾਣਾ ਸ਼ਾਇਰੀ ਮੈਨੂੰ ਯਾਦ ਆ ਗਈ ਸੀਸੀ ਭਰੀ ਗੁਲਾਬ ਕੀ ਪੱਥਰ ਸੇ ਤੋੜ ਦੂੰ ਕਿਦਾਂ ਸੀਗੀ शीशी भरी, हाँ, हाँ, शीशी भरी गुलाब की पत्थर से तोड़ दूं तू मेरी मैं तेरा क्या बात है और मैं पूरी कर देता शीशी भरी गुलाब की पत्थर से तोड़ दूं अगर तू ना मिली तो जीना छोड़ दूं ਇਹ ਬਹੁਤ ਪੁਰਾਣੀ ਸ਼ਾਇਰੀ ਜੰਗਾ ਜੀ ਪਰ ਮੇਰਾ ਵਧੀਆ ਸੀ ਹਾਂ ਉਹਨੇ ਤੁਹਾਡਾ ਤਾਂ ਕਮਾਲ ਆ ਜੀ ਤੁਸੀਂ ਤਾਂ ਵੱਡੇ ਵੱਡੇ ਸ਼ਾਇਰਾਂ ਨੂੰ ਫੇਲ ਕਰਤਾ ਅੱਛਾ ਜੀ ਇਹ ਇਹਨੂੰ ਕੀ ਕਹਿੰਦੇ ਜੀ ਇਹ ਇਹ ਸਾਲ ਹੈ ਜੀ ਸਾਲ ਇਹ ਕਿਹੜੇ ਕੰਮ ਹੁੰਦਾ ਜੀ ਇਹ ਲੈਵਲ ਕਰਦੇ ਆ ਜੀ ਆਪਾਂ ਲੈਵਲ ਕਰਦੇ ਆ ਦੇਖ ਲੈਂਦੇ ਹੋ ਨਹੀਂ ਜੇ 19 ਕੇ ਇਹ ਮਤਲਬ ਜਿੰਨਾ ਕਿ ਭਾਰਾ ਹੈ ਤੁਹਾਡਾ ਨਾ ਕੋਈ ਇੰਨੇ ਕਿਵੇਂ ਨਹੀਂ ਕਰ ਸਕਦਾ ਜੇ ਅਗਲਾ ਕੇ ਮੈਚ ਦਿਹਾੜੀ ਨਹੀਂ ਦੇਣੀ ਹੈਗੀ ਮੇਰੀ ਅਜ ਤੱਕ ਦਿਹਾੜੀ ਨਹੀਂ ਮਰੀ ਜੀ ਕੀ ਬਾਤ ਆ ਕੀ ਬਾਤ ਅੱਛਾ ਇਹਨੂੰ ਇਦਾਂ ਨਾਪ ਦਿਓ ਹਾਂ ਇਹਦੇ ਨਾਪੀਦਾ ਕੀ ਬਾਤ ਬਹੁਤ ਵਧੀਆ ਤੁਸੀਂ ਦੱਸਤਾ ਆ ਵੀ ਦੱਸਤਾ ਆ ਆ ਕੀ ਆ ਇਦਨਾਂ ਨਾਉਣੇ ਆ ਜੀ ਮਜ਼ਾਕ ਕਰਦਾ ਜੀ ਵੀ ਲੈਵਲ ਕਰਦੇ ਆ ਲੈਵਲ ਕਰਦੇ ਹਾਂ ਬਾਹਰ ਰਹਿਣ ਤਰਨੋ ਜੀ ਆ ਵੈਨਾ ਇਹਨਾਂ ਚੱਕਰਾਂ ਚ ਪੈਣਾ ਅੱਛਾ ਕੋਈ ਹੋਰ ਜਿਹੜੀ ਗਰਲਫ੍ਰੈਂਡ ਸੀ ਤੁਹਾਡੀ ਸ਼ਾਇਦ ਕੋਈ ਸਹੇਲੀ ਜਿਹੜੀ ਤੁਹਾਨੂੰ ਧੋਖਾ ਦੇਗੀ ਉਹ ਕਿਹੜੀ ਤੁਸੀਂ ਤਾਂ ਜੀ ਪੱਤੇ ਬੋਲੋਗੇ ਸਾਰੇ ਨਹੀਂ ਨਹੀਂ ਕੋਈ ਨਾ ਤੁਸੀਂ ਦੱਸੋ ਦਰਸ਼ਕਾਂ ਨੂੰ ਜੇ ਤੁਸੀਂ ਤਾਂ ਸੱਚਾ ਹੀ ਕਰਦੇ ਸੀ ਨਾ ਨਹੀਂ ਨਹੀਂ ਉਹ ਉਹ ਲਾਜ ਕਰ ਗਈ ਜੀ ਲਾਜ ਕਰ ਚੀ ਕੀ ਕਹਿੰਦੀ ਕੀ ਮੈਨੂੰ ਕਹਿੰਦੀ ਤੇਰੇ ਕੋਲ ਵੱਡਨ ਵਾਲਾ ਫੋਨ ਆ ਵੀ ਤੂੰ ਥੋੜਾ ਜਿਹਾ ਦੇਖ ਨੋਕੀਆ ਮੇਰਨਾ ਪਿਆ ਹਾਂ ਹੂੰ ਮੈਨੂੰ ਸਾਲੀ ਬੜੀ ਦਿਨ ਲੱਗੀ ਮੇਰੇ ਗੱਲ ਮੈਂ ਕਿਹਾ ਯਾਰ ਮੈਨੂੰ ਆ ਮੈਂ ਕਹ ਪਾਪਾ ਜੀ ਐਂ ਕਰਕੇ ਫੋਨ ਮੰਗਵਾਉਣਾ ਹੈ ਸਾਲਾ ਬੇਲੜ ਹੂੰ ਇਧਰੋਂ ਵੀ ਪੈ ਗਿਆ ਗਾਲਾਂ ਉਧਰੋਂ ਵੀ ਪੈ ਗਿਆ ਗਾਲਾਂ ਹੂੰ ਮੈਂ ਕਹ ਤੁਸੀਂ ਭੇਜ ਦਿਓ ਮੈਂ ਫਿਰ ਸਮਾਨ ਭੰਨੂ ਕੋਈ ਕਰਦਾ ਹੂੰ ਅਕਸਰ ਮੁੰਡੇ ਕਰਦੇ ਐਂ ਕਰ ਦਈਏ ਜੀ ਐਵੇਂ ਹੋ ਜਾਂਦਾ ਜੀ ਕੰਮ ਜੀ ਸੈੱਟ ਹੋ ਜਾਂਦਾ ਕੰਮ ਹੋ ਜਾਂਦਾ ਆਹੋ ਡਰਾਮਾ ਦੇ ਹਾਂ ਤੇ ਮੈਂ ਐਵੇਂ ਕਿਹਾ ਜੀ ਚੱਲ ਮੈਨੂੰ ਕਹਿੰਦਾ ਚੱਲ ਤੂੰ ਘਪਰਾ ਨਾ ਤੈਨੂੰ ਮੈਂ ਉਹੀ ਕਹਿੰਦਾ ਸੀ ਕਿ ਤੂੰ ਇੱਥੇ ਆ ਜਾ ਇੱਥੇ ਆ ਜਾ ਇੱਥੇ ਆਇਆ ਤੂੰ ਇੱਕ ਵਾਰ ਫਿਰ ਤੂੰ ਭਾਵੇਂ 14 ਲੈ 14 ਦਾ ਹਜੇ ਆਇਆ ਹੀ ਨਹੀਂ ਭਾਈ ਜੀ 14 ਤਾਂ ਆਇਆ ਹੀ ਨਹੀਂ ਹਜੇ ਮਿਸਤਰੀ ਸਾਹਿਬ ਮੈਂ ਅਗਲੇ ਸਾਲ ਜਾਣਾ ਨਾ ਜੀ ਦਸੰਬਰ ਚ ਮੈਨੂੰ ਕਹਿੰਦੇ ਉੱਥੇ ਆ ਕੇ ਲੈ ਲੈ ਅੱਛਾ ਅਗਲੇ ਸਾਲ ਦਸੰਬਰ ਤੱਕ 14 ਤਾਂ ਆ ਹੀ ਜਾਊਗਾ ਬਿਲਕੁਲ ਠੀਕ ਹੈ ਜੀ ਤੁਹਾਡੇ ਫਾਦਰ ਨੇ ਬਿਲਕੁਲ ਠੀਕ ਕਿਹਾ ਸਿਆਣੇ ਝੂਠ ਨਹੀਂ ਬੋਲਦੇ ਕਦੀ ਝੂਠ ਤਾਂ ਨਹੀਂ ਬੋਲਦੇ ਜੀ ਪਰ ਲੋੜ ਸੀਗੀ ਲੋੜ ਸੀ ਚਲੋ ਫੋਨਾਂ ਦਾ ਨਾਮ ਕਰੋ ਪਿਆਰ ਸੱਚਾ ਤੁਹਾਨੂੰ ਮਿਲਣਾ ਐਦਾਂ ਦਾ ਨੌਜਵਾਨ ਗੱਭਰੂ ਕਿੱਥੇ ਮਿਲਣਾ ਤੁਹਾਨੂੰ ਇਹੋ ਜੇ ਮੂੰਹ ਕਿੱਥੇ ਅੱਜਕੱਲ ਬੰਦ ਹੋ ਗਏ ਨੇ ਜੀ ਅੱਜਕੱਲ ਕੀ ਬਾਤ ਹੈ ਤੜਾ ਮੁੱਛਾਂ ਵੀ ਸਿੱਧੀਆਂ ਕਰਵਾਉਣੀਆਂ ਸਵਾਦ ਆਜ। ਕਿਆ ਬਾਤ ਨਜ਼ਾਰਾ। ਕਿਆ ਬਾਤ ਨਜ਼ਾਰਾ। ਕੋਈ ਬਿਲਡਿੰਗ ਕੋਈ ਐਦਾਂ ਦੀ ਖੜੀ ਕੀਤੀ ਹੋਵੇ ਕੋਈ ਜਿਹੜੀ ਤੁਸੀਂ ਕਮਾਲ ਕੀਤਾ ਹੋਵੇ ਕਹਿੰਦੇ ਨੇ ਕਿਆ ਬਾਤ ਪਿੰਦਾ ਮਿਸਤਰੀ ਕਮਾਲ ਕਰ ਦਿੰਦਾ। ਨਹੀਂ ਹੱਲੇ ਤਾਂ ਜੀ ਮੈਂ ਗੋਸਤ ਖਾਣੇ ਹੀ ਬਣਾਏ ਨੇ ਇਕੱਲੇ। ਗੋਸਤ ਖਾਣੇ ਬਣਾਏ। ਅੱਛਾ ਇੱਕ ਤੁਸੀਂ ਮੱਝਾਂ ਮੁੱਝਿਆਂ ਦੇ ਡੰਗਰਾਂ ਡੰਗਰਾਂ ਦੇ ਤੁਸੀਂ ਬਾੜਾ ਵੀ ਬਣਾਇਆ। ਬਾੜੇ ਬਾੜੇ ਬਣਾਉਂਦੇ ਮੋਸਟਲੀ ਹਨਾ। ਤੁਹਾਨੂੰ ਇਹ ਕੰਮ ਜ਼ਿਆਦਾ ਮਿਲਦਾ। ਗੱਲ ਪਤਾ ਕੀ ਹੈ ਜੀ ਉਹ ਉਹ ਹਲੇ ਟਾਈਮ ਲੱਗੂਗਾ ਹਲੇ ਮੈਨੂੰ ਖਲੇ 5 ਕਸਾਲ ਹੀ ਹੋਏ ਨੇ 5 ਕਿਸਾਲ ਉਹਦੇ ਕਰਕੇ ਹਲੇ ਟਾਈਮ ਲੱਗੂਗਾ ਥੋੜਾ ਜਿਹਾ ਉਹ ਜਿਵੇਂ ਸਾਡੇ ਇੱਕ ਪਿੰਡ ਦੇ ਵਿੱਚ ਡਰਾਈਵਰ ਸੀ ਕਹਿੰਦਾ ਮਾਮਾ ਕੀ ਕਰਦਾ ਹੁੰਦਾ ਕਹਿੰਦਾ ਬੇਟਾ ਮੈਂ ਡਰਾਈਵਰ ਹਾਂ ਕਹਿੰਦਾ ਮਾਮਾ ਜਦੋਂ ਦੇਖੋ ਕੰਡੈਕਟਰ ਵਾਲੀ ਸੀਟ ਤੇ ਬੈਠਾ ਹੁੰਦਾ ਬੜਾ ਵਧੀਆ ਜੀ ਬੜਾ ਵਧੀਆ ਜੀ ਉਹੀ ਗੱਲ ਤੁਹਾਡਾ ਹਾਲ ਹੈ ਕਿ ਨਹੀਂ ਨਹੀਂ ਮੈਂ ਬਣਾਈ ਬਣਾਈ ਦੇ ਯਾਰ ਆ ਦੇਖੋ ਸਮਾਨ ਨਹੀਂ ਸਮਾਨ ਜੇ ਤੁਹਾਨੂੰ ਮਜ਼ਾਕ ਕਰਦੇ ਆ ਆਪਾਂ ਲਿਓ ਮੈਂ ਤੁਹਾਨੂੰ ਮੈਂ ਭਾਨ ਕੇ ਬੁਹਾ ਦਾ ਨਾ ਰੋੜਾ ਨਹੀਂ ਨਹੀਂ ਲੋੜ ਨਹੀਂ ਜੀ ਲੋੜ ਆ ਦੇਖੋ ਜੀ ਤੁਸੀਂ ਦੱਸੋ ਚਲੋ ਕੋਈ ਨਹੀਂ ਜੀ ਆ ਲੈ ਉਹ ਬਸ ਜੀ ਬਸ ਰਹਿਣ ਦਿਓ ਜੀ ਉਹ ਉਹ ਰਹਿਣ ਦੋ ਹਾਂ ਲੋ ਇਹ ਤਾਂ ਉਹੀ ਗੱਲਾਂ ਕਰੀ ਐਵੇਂ ਨਹੀਂ ਜੀ ਹੈਗਾ ਚਲੋ ਜੀ ਜੇ ਕਿਸੇ ਨੇ ਆਪਣੀ ਜਾਨ ਨਾ ਪਿਆਰੀ ਹੋਵੇ ਰੋੜੀ ਕਟਾਉਣੀ ਹੋਵੇ ਉਹ ਰੋੜੀ ਨਹੀਂ ਕਟਾਉਣੀ ਹੋਵੇ ਮਤਲਬ ਵੀ ਮਕਾਨ ਬਣਵਾਉਣਾ ਹੋਵੇ ਜੀ 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 ਤੁਸੀਂ ਸੰਪਰਕ ਕਰ ਸਕਦੇ ਹੋ ਨਹੀਂ ਮੈਂ ਹੁਣ ਆਪਣੀ ਥੋੜੀ ਇੰਟਰੋਡਕਸ਼ਨ ਥੋੜੀ ਹੋਰ ਦੇ ਰਿਹਾ ਸੀ ਜੇ ਆਪਣੀ ਤੁਹਾਨੂੰ ਜਾਨ ਪਿਆਰੀ ਨਾ ਹੋਵੇ ਤਾਨੂੰ ਲੱਗੇ ਕਿ ਛੱਤ ਮੇਰੀ ਛਾਤੀ ਤੇ ਆ ਕੇ ਲੱਗੇ ਤਾਂ ਤੁਸੀਂ ਇੱਕੋ ਮਿਸਤਰੀ ਯਾਦ ਕਰ ਸਕਦੇ ਹੋ ਪਿੰਡਾਂ ਮਿਸਤਰੀ ਉਹ ਭਾਈ ਸਾਹਿਬ ਲੈਂਟਰ ਅਸੀਂ ਨਹੀਂ ਪਾਉਂਦੇ ਹੈਗੇ ਇਹ ਤਾਂ ਗੰਦਾ ਖੜੀਆਂ ਕਰਦੇ ਆ ਗਲੀਆਂ ਭਾਈ ਜੀ ਸਾਨੂੰ ਸਾਰਾ ਪਤਾ ਆ ਦੁਆਬੇ ਦੇ ਵਿੱਚ ਤੁਸੀਂ ਜਿਹੜਾ ਘਰ ਬਣਾਇਆ ਸੀ ਅਗਲੇ ਤਾਂ ਬਾਹਰ ਚਲੇ ਗਏ ਕੁਦਰਤੀ ਗੱਲ ਆ ਉਹ ਤਾਂ ਬਾਹਰ ਗਏ ਸੀ ਕੈਨੇਡਾ ਪਿੱਛੇ ਉਹਨਾਂ ਦਾ ਹੱਥ ਛੱਤ ਦਾ ਹਾਲ ਕੀ ਕਰਤਾ ਸੀ ਭਾਈ ਸਾਹਿਬ ਪਤਾ ਕੀ ਗੱਲ ਹੋ ਗਈ ਉੱਥੇ ਸਿਮੈਂਟ ਉਹਨਾਂ ਨੇ ਮਾਰਾ ਮੈਂ ਉਹਨਾਂ ਨੂੰ ਕਹੀ ਜਾਂਦਾ ਸੀਗਾ ਮੈਂ ਕਿ ਜਿੱਥੋਂ ਮੈਂ ਕਹਿੰਨਾ ਸਿਮੈਂਟ ਉੱਥੋਂ ਲੈ ਲਓ ਭਾਈ ਉਹਨਾਂ ਨੇ ਲਿਆ ਨਹੀਂ ਹੈਗਾ ਤੁਸੀਂ ਸਮਝਗੇ ਹੁਣ ਨਾ ਹਾਂ ਸਮਝ ਗਏ ਤੁਸੀਂ ਹਣਸ ਤੂੰ ਚੰਗੀ ਗੱਲ ਹੈ ਕਿ ਤੁਸੀਂ ਚੱਲ ਜਾਓ ਚੰਗੀ ਗੱਲ ਹੈ ਠੀਕ ਹੈ ਨਾ ਹੁਣ ਮੈਨੂੰ ਗੱਲਾਂ ਹੋਰ ਮੇਰਾ ਮੂੰਹ ਨਾ ਖਿਲਾਓ ਚੁੱਪ ਕਰਕੇ ਚੱਲ ਜਾਓ 700 ਰੁਪਏ ਦੋ ਪਹਿਲਾਂ ਤੁਸੀਂ ਤਾਂ ਤੁਸੀਂ ਕੋਈ ਗੱਲ 700 ਤੁਹਾਨੂੰ ਮਿਲ ਵੀ ਜਾਊਗਾ ਤੁਸੀਂ ਬੰਨੇ ਬੰਨੇ ਹੋ ਜਾਓ ਬੰਨੇ ਬੰਨੇ ਚਲੋ ਚਲੋ ਅਸਮਾਨ ਲੈ ਜਾ ਜੀ ਨਹੀਂ ਕੋਈ ਨਹੀਂ ਕੋਈ ਨਹੀਂ ਚੱਲ ਲੈ ਚਲੋ 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 ਹੋ ਜਾ ਬੜੀ ਬੜੀ ਗੱਲ ਕੀਤੀ ਹੈ ਹਾਂ ਤੇ ਰੋਸੀ ਕੱਢ ਕੇ ਰੱਖਤਾ ਸੀ ਚਲੋ ਕਮਾਲੇ ਕਰਤੀ ਤੁਹਾਡਾ ਧੰਨਵਾਦ ਜੀ ਟੋਕਰਾਂ ਟੀਵੀ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਤੁਹਾਡਾ ਆਪਣਾ ਚੈਨਲ ਟੋਕਰਾਂ ਟੀਵੀ ਸ਼ੁਕਰੀ